ਕਹਿਣਾ ਚਾਹੁੰਦੀ ਹਾਂ ਵੀ ਇੰਡੀਆ 'ਚ ਕੋਈ ਨਵੀਂ ਖਬਰ ਨਹੀਂ ਹੈ, ਬਰੂਟਲੀ ਰੇਪ ਹੋਣਾ ਕੋਈ ਨਵੀਂ ਖਬਰ ਨਹੀਂ ਹੈ। ਬੰਦੇ ਵੱਧ ਤੋਂ ਵੱਧ ਸਜ਼ਾ ਔਰਤ ਨੂੰ ਕੀ ਦੇ ਸਕਦੇ, ਜ਼ਬਰਦਸਤੀ ਕਰ ਲਓ, ਅਖਬਾਰ ਭਰੇ ਹੋਏ ਹੈ। ਪਰ ਅੰਤ ਇਹ ਹੋ ਗਿਆ ਵੀ ਜਿਹੜੇ ਡਾਕਟਰ ਸਭ ਤੋਂ ਜ਼ਿਆਦਾ ਪੜ੍ਹਾਈ ਲਿਖਾਈ ਕਰਕੇ ਅਸੀਂ ਔਰਤਾਂ ਮਾਂ ਬਾਪ ਇਹ ਪ੍ਰੋਫੈਸ਼ਨ ਸਾਡੇ ਲਈ ਕਿਉਂ ਚੂਜ਼ ਕਰਦੇ ਆ ਜਾਂ ਅਸੀਂ ਕਿਉਂ ਕਰਦੇ ਆ, ਕਿਉਂਕਿ ਸਭ ਤੋਂ ਜ਼ਿਆਦਾ ਸਾਨੂੰ ਰਿਸਪੈਕਟ ਚਾਹੇ ਉਹ ਗੁੰਡਾ ਬਦਮਾਸ਼ ਹੈ ਸਾਨੂੰ ਇਸ ਲਾਈਨ ਦੇ ਵਿੱਚ ਮਿਲਦਾ। ਅਗਰ ਇਸ ਪ੍ਰੋਫੈਸ਼ਨ ਵਿੱਚ ਅਸੀਂ ਡਿਊਰਿੰਗ ਡਿਊਟੀ ਆਰਸ ਚਿੱਟਾ ਕੋਟ ਪਾ ਕੇ ਸੇਫ ਨਹੀਂ ਹੈ, ਇਸ ਕੰਟਰੀ 'ਚ ਕੋਈ ਵੀ ਫੀਮੇਲ ਸੇਫ ਨਹੀਂ ਹੈ, ਔਰ ਅਨਸੇਫ ਕਰਨ ਵਾਲਾ ਕੋਈ ਬਾਹਰੋਂ ਨਹੀਂ ਦੁਸ਼ਮਣ ਆ ਰਿਹਾ। ਮੈਂ ਇਹ ਸਾਰੀ ਜਿਹੜੀ ਮੁਹਿੰਮ ਹੈ ਸਾਡੇ ਸਟੂਡੈਂਟਸ ਨੇ ਕੀਤੀ ਹੈ, ਇਹ ਕੁੜੀਆਂ ਮੁੰਡੇ ਸਾਡਾ ਫਿਊਚਰ ਹੈ, ਔਰ ਮੈਂ ਧੰਨਵਾਦੀ ਹਾਂ ਮੁੰਡਿਆਂ ਦਾ, ਉਹ ਸਾਡੇ ਨਾਲ ਖੜੇ ਹੈ, ਕਿਉਂਕਿ ਮੁੰਡਾ ਕੁੜੀ ਦਾ ਜੰਗ ਨਹੀਂ ਹੈ, ਇਹ ਜੰਗ ਹਿਊਮੈਨਿਟੀ ਦੇ ਅਗੇਂਸਟ ਹੈ। ਜੇ ਤੁਸੀਂ ਇੱਕ ਡਾਕਟਰ ਨੂੰ ਔਨ ਡਿਊਟੀ ਜਿਹੜੀ ਕਿ ਤੁਹਾਡੇ ਗਲਤ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਉਹਦੇ ਨਾਲ ਹੀ ਹਾਲਤ ਕਰ ਸਕਦੇ ਹੈ। ਇਸ ਕੰਟਰੀ 'ਚ ਕੋਈ ਵੀ ਫੀਮੇਲ ਜਾਤ ਸੇਫ ਨਹੀਂ ਹੈ, ਔਰ ਇਸ ਤਰ੍ਹਾਂ ਦੇ ਕ੍ਰਿਮੀਨਲਸ ਨੂੰ ਮੈਂ ਬੰਦੇ ਨਹੀਂ ਕਹੂੰਗੀ, ਮੁੰਡੇ ਵੀ ਉਨੇ ਹੀ ਪਿਓਰ ਹੈ ਜਿੰਨੇ ਕੁੜੀਆਂ ਅਸੀਂ ਪੈਦਾ ਕਰਦੀਆਂ ਮੁੰਡਿਆਂ ਨੂੰ। ਇਹ ਜਿਹੜੇ ਮੌਨਸਟਰ ਬਣੇ ਹੈ, ਜਾਨਵਰ ਬਣੇ ਹੈ, ਇਹਨਾਂ ਨੂੰ ਪੈਦਾ ਕਰਨਾ ਬੰਦ ਕਰ ਦੇਣਾ ਸੀ। ਅਸੀਂ ਫੀਮੇਲ ਫੀਟੀਸਾਈਡ ਨਹੀਂ ਕਰਾਂਗੇ, ਇਹਨਾਂ ਦੇ ਖਾਨਦਾਨਾਂ ਵਿੱਚ ਮੁੰਡੇ ਪੈਦਾ ਕਰਨਾ ਬੰਦ ਕਰਾਂਗੇ। ਸਾਰੀ ਸੋਸਾਇਟੀ ਦੇ ਰੂਲ ਸਾਡੇ ਦੇ ਉੱਪਰ ਚੱਲਦੇ ਹੈ। ਹੁਣ ਤੁਹਾਡਾ ਪ੍ਰਿੰਸੀਪਲ ਕਹਿ ਰਿਹਾ ਵੀ ਰਾਤੀ ਉਹ ਕੀ ਕਰ ਰਹੀ ਸੀ, ਉਹ ਮੌਜ ਕਰ ਰਹੀ ਸੀ। ਇਸ ਹਸਪੀਟਲ ਦੀ ਮੈਂ ਸਟੂਡੈਂਟ ਹੈ, ਸਾਡੀ ਇੱਥੇ ਕੰਟੀਨ ਹੁੰਦੀ ਸੀ, ਮੇਰਾ ਵਾਰਡ ਉਧਰ ਸੀਗਾ, ਰਾਤ ਦੇ 2 ਵਜੇ ਮੈਂ ਕੰਟੀਨ ਚਾਹ ਪੀਣ ਆਉਂਦੀ ਸੀ ਕਿਉਂਕਿ ਮੈਂ ਜਾਗਣਾ ਹੁੰਦਾ ਸੀਗਾ। ਅੱਧੀ ਰਾਤ ਕੀ ਮੈਨੂੰ ਪਤਾ ਸੀ ਹਸਪੀਟਲ ਮੰਦਿਰ ਗੁਰਦੁਆਰਾ ਹੈ, ਘਰ ਤੋਂ ਬਾਅਦ ਹਸਪੀਟਲ ਆਉਂਦਾ, ਮੈਂ ਕੋਟ ਪਾਇਆ, ਮੈਂ ਸਭ ਤੋਂ ਸੇਫ ਹੈ। ਜੇ ਅਸੀਂ ਹਸਪੀਟਲ ਸੇਫ ਨਹੀਂ ਹੈ, ਅਸੀਂ ਕਿੱਥੇ ਸੇਫ ਹੈ, ਕੋਈ ਦੱਸੇਗਾ ਸਾਨੂੰ? ਇਹ ਤੋਂ ਦੁੱਖ ਦੀ ਦਰਦ ਦੀ ਘੜੀ ਦੁਨੀਆਂ 'ਚ ਕੋਈ ਹੋ ਨਹੀਂ ਸਕਦੀ। ਸਾਰੇ ਮਿਨਿਸਟਰ, ਸਾਰੇ ਪੋਲੀਟੀਸ਼ੀਅਨ, ਬੇਟੀ ਬਚਾਓ ਬੇਟੀ ਪੜਾਓ, ਇਹ ਤੋਂ ਜ਼ਿਆਦਾ ਕੀ ਪੜ੍ਹਾਈਏ? ਡਾਕਟਰੀ ਦੇ ਉੱਪਰ ਕੀ ਪੜ੍ਹਾਈਏ? 36-36 ਘੰਟੇ ਡਿਊਟੀ, ਖਾਣਾ ਮੇਰੀਆਂ ਬੱਚੀਆਂ ਨਹੀਂ ਖਾਂਦੀਆਂ ਹੈ, ਸਾਡੇ ਦਿਨ ਰਾਤ ਮੁੰਡੇ ਕੁੜੀਆਂ ਕੰਮ ਕਰਦੇ ਹੈ। ਮੁੰਡੇ ਕੁੜੀ ਦਾ ਵੈਰ ਨਹੀਂ ਹੈ, ਇੱਥੇ ਵੈਰ ਹਿਊਮੈਨਿਟੀ ਦੇ ਅਗੇਂਸਟ ਹੈ। ਇਹਨਾਂ ਮੌਨਸਟਰਸ ਨੂੰ ਇੰਨੀ ਜ਼ਿਆਦਾ ਖੁੱਲ ਮਿਲੀ ਹੋਈ ਹੈ, ਇੱਦਾਂ ਦੇ ਮੈਡੀਕਲ ਕਾਲਜ ਜਿਹੜੇ ਪ੍ਰਿੰਸੀਪਲ ਤੁਸੀਂ ਉਹ ਬਣਾ ਰਹੇ ਹੋ ਜਿਹਦਾ ਆਪਣਾ ਕਰੈਕਟਰ ਨਹੀਂ ਹੈ, ਜਸਟ ਬਿਕੋਜ਼ ਪੋਲੀਟੀਕਲ ਕਰੈਕਸ਼ਨ ਹੈ। ਇਹ ਮੰਦਿਰ ਗੁਰਦੁਆਰਾ ਅਸੀਂ ਫਿਊਚਰ ਡਾਕਟਰ ਬਣਾ ਰਹੇ ਹੈ, ਰੱਖਣ ਤੋਂ ਪਹਿਲਾਂ 10 ਵਾਰੀ ਸੋਚੋ ਕਿ ਇਹ ਇਨਸਾਨ ਕੈਪੇਬਲ ਹੈ। ਤੁਸੀਂ ਜਾਨਵਰਾਂ ਨੂੰ, ਤੁਸੀਂ ਵੁਲਫ ਨੂੰ ਸ਼ੀਪ ਦੀ ਰਾਖੀ ਨਹੀਂ ਰੱਖ ਰਹੇ ਹੋ। ਔਰਫਨੇਜ 'ਚ ਬੱਚੇ ਰੇਪ ਹੋ ਰਹੇ ਆ, ਇੰਡੀਆ 'ਚ ਕਿੰਨਾ ਕੁਝ ਦੇਖਿਆ ਆਪਾਂ ਨੇ, ਜਿੱਥੇ ਔਰਤ ਦੀ ਸਿਕਿਉਰਿਟੀ ਰੱਖਿਆ ਗਿਆ ਉੱਥੇ ਉਹਦੇ ਜਿਹੜੇ ਕੀਪਰ ਹੈ ਉਹ ਉਹਨੂੰ ਖਰਾਬ ਕਰ ਰਹੇ ਆ, ਹੁਣ ਹੌਸਪੀਟਲ ਹੀ ਰਹਿ ਗਏ ਸੀ। ਇਹ ਅੰਤ ਹੈ, ਇਹ ਅੱਤ ਹੈ। ਜੇ ਇੱਥੇ ਕੁਝ ਨਾ ਕੀਤਾ, ਜੇ ਡਾਕਟਰ ਕੁੜੀ ਸੇਫ ਨਹੀਂ ਹੈ, ਇਸ ਕੰਟਰੀ 'ਚ ਕੋਈ ਵੀ ਔਰਤ ਸੇਫ ਨਹੀਂ ਹੈ। ਇਹ ਤੋਂ ਵੱਧ ਡਰਾਵਣੀ ਚੀਜ਼ ਦੁਨੀਆਂ 'ਚ ਹੋ ਹੀ ਨਹੀਂ ਸਕਦੀ ਹੈ। ਇਹ ਤੋਂ ਜ਼ਿਆਦਾ ਕੰਡੈਮ ਕਰਨ ਵਾਲੀ ਚੀਜ਼ ਮੇਰੇ ਕੋਲ ਵਰਡ ਨਹੀਂ ਹੈ। 4 ਦਿਨ ਹੋ ਗਏ ਅਸੀਂ ਕੋਈ ਸੌ ਨਹੀਂ ਸਕੇ ਹੈ, ਖਬਰ ਦੇਖ ਕੇ ਡਰ ਲੱਗਦਾ। ਮੇਰਾ ਮੁੰਡਾ ਡਾਕਟਰ ਹੈ, ਕੁੜੀ ਡਾਕਟਰ, ਸਾਰੇ ਕੰਬੇ ਹੋਏ ਹੈ, ਰੋ ਰਹੇ ਅਸੀਂ ਵੀ ਆਹ ਹੱਦ ਹੋ ਗਈ। ਹੁਣ ਸਾਡੀਆਂ ਬੇਟੀਆਂ ਨਾਈਟ ਡਿਊਟੀ ਨਾ ਕਰਨ, ਉਹ ਕੌਣ ਕਰੇਗਾ ਡਿਊਟੀ? 70% ਕੁੜੀਆਂ ਡਾਕਟਰ ਹੈ, ਮੁੰਡੇ ਨਹੀਂ ਪੜ੍ਹ ਰਹੇ ਅੱਜ ਕੱਲ, ਉਹ ਅਵਾਰਾਗਰਦੀ ਗੁੰਡਾਗਰਦੀ ਕਰ ਰਹੇ ਹੈ। ਕੁੜੀਆਂ ਪੜ੍ਹਨ ਵੀ ਨਾ, ਹੁਣ ਕੀ ਚਾਹੁੰਦੇ ਹੋ ਤੁਸੀਂ? ਲੋਕ ਦੱਸੋ ਕੀ ਚਾਹੁੰਦੇ ਹੋ?